प्रार्थना मेरे पुत्र मैं कुछ लागे दे कोई तो मोगा दे पिंड पत्तो हीरा सिंह दा नामी कबड्डी रेडर अमरप्रीत सिंह अमरी जिसकी कि कनेडा दे विच मौत हो गई है। मौत दा कारण दिल दा दौरा पैना दस्या जा रहा है। जिक्रयोग है कि 28 वर्यां दा प्रसिद्ध कबड्डी रेडर अमरप्रीत सिंह अमरी दिसंबर महीने ही ब्याह करवाउण दे लई कनेडा गया सी। कबड्डी दे विच वड्डा नाम ना खट्टण वाले अमरी दी मौत दे नाल जिथे कबड्डी जगत नूं वड्डा घाटा पिया है उत्थे ही नौजवान पुत गवाउण वाले परिवार नूं असह दुख दा सामना करना पै रहा है। ज्यों ही इस कबड्डी खिडारी दी दुखदाई मौत दी खबर पिंड वासियां नूं पता लगी तां पिंड ते इलाके दे विच सोग दी लहर तोड़ गई। इस घटना तो बाद परिवारक मैंबरां दा रो रो के बुरा हाल है। अमरीका लेके जाऊंगा किन्ने किन्ने हौसले दिते मैनू तां मैं तां बहुत औखी सी पहला ही शुरू तो औखी सी हुण मेरे दिन फिरे सी हुण दिन फिरे सी कल ही हौसला दे के हटिया मम्मी मैं कम ते लग गया पता नहीं लग्या मौत दा की होया की दौरा पिया कल्ला ही सी करे घर आली तां उहदी कम ते गई सी जदों आई ए दौरा पै गया कहिंदे खून दी उल्टी आई पई सी नहा धो के बचपन तो ओहदा निक्का जे तीजी च पढ़दा उठ गया सी खेडणा मैं सगां दी रात नूं मंगाया वी मुंडा कोई चक के ना लै जाए तां प्यो फौज सी उहनां निक्के हुंदे नूं खेडां दा इन्ना शकीन सी ਕਹਿੰਦਾ ਜਿਹਨੇ ਭੱਜਣਾ ਉਹਨੂੰ ਕਹਿਣਾ ਤਾਂ ਤੇਰੇ ਨਾਲ ਸ਼ਕਲ ਮੇਰੀ ਮਿਲਦੀ ਹੈ ਮੈਂ ਤੇਰੇ ਥਾਂ ਤੇ ਭੱਜਦਾ ਆਇਆ ਇਹ ਸਕੂਲਾਂ ਦਾ ਉਹ ਬਾਈਪਾਸ ਫਸਟ ਆਉਂਦਾ ਸੀ ਉਹਦੀਆਂ ਫੋਟੋ ਵੇਖ ਲਓ ਉੱਥੇ ਪਈਆਂ ਪਹਿਲੇ ਨੰਬਰ 'ਤੇ ਆਉਂਦਾ ਸੀ ਜਿਹੜੇ ਉਹਨੇ ਕਾਰਨਾਮੇ ਨਹੀਂ ਕੀਤੇ ਉਹ ਵੀ ਕੀਤੇ ਉਹਨੇ ਜਿਹੜਾ ਵੀ ਨਹੀਂ ਕੰਮ ਕੀਤਾ ਉਹਨੇ ਉਹ ਵੀ ਕੀਤਾ ਆਏ ਹਾਏ ਰੱਬਾ ਆਏ ਰੱਬਾ ਮੌਤ ਦਾ ਤਾਂ ਸਾਨੂੰ ਖਬਰ ਹੀ ਆਈ ਹੈ ਜੀ ਉਹਨਾਂ 'ਤੇ ਹੀ ਦੱਸਿਆ ਵੀ ਅਟੈਕ ਦੀ ਹੋ ਗਈ ਬਿਮਾਰ ਹੋ ਗਿਆ ਵੀ ਇਸ ਕਰਕੇ ਉਹਨੂੰ ਹਸਪਤਾਲ ਲੈ ਗਏ ਅਤੇ ਸਵੇਰੋਂ ਜਦੋਂ ਮੇਰੀ ਭੈਣ ਬਾਹਰ ਆ ਉਹਨੇ ਮੈਨੂੰ ਫੋਨ ਕਰਿਆ ਕਹਿੰਦੀ ਵੀ ਆਪਾਂ ਤਾਂ ਪੱਟੇ ਕੇ ਫਿਰ ਉੱਥੋਂ ਫਿਰ ਇਹਨੂੰ ਆ ਕੇ ਮੈਂ ਆਪਦੇ ਵੱਡੇ ਭਰਾ ਨੂੰ ਮੈਂ ਹੀ ਆ ਕੇ ਦੱਸਿਆ ਅਮਰਪ੍ਰੀਤ ਕਬੱਡੀ ਖੇਡਦਾ ਸੀਗਾ ਜੀ ਪਹਿਲਾਂ ਵੀ ਇੱਥੇ ਖੇਡਦਾ ਸੀਗਾ ਹੁਣ ਉਹ ਵਿਆਹ ਕਰਾ ਕੇ ਅਤੇ ਬੇਸ 'ਤੇ ਗਿਆ ਸੀਗਾ ਅਤੇ ਹੁਣ ਉੱਥੇ ਜਾ ਕੇ ਵੀ ਕਬੱਡੀ ਖੇਡਣੀ ਸੀ ਉਹਦਾ ਮਾਮਾ ਉੱਥੇ ਸੀਗਾ ਉਹਨੇ ਸੱਦਿਆ ਸੀਗਾ ਉੱਥੇ ਵੀ ਨਾਲ ਆ ਜਾ ਹੁਣ ਤੈਨੂੰ ਅਤੇ ਆਪਾਂ ਵੀ ਤੈਨੂੰ ਕਬੱਡੀ ਖੇਡ ਕੇ ਫਿਰ ਗਾਂ ਦੀ ਗਾਂ ਲੈ ਜਾਊਂਗਾ ਕਿੰਨੇ ਚਿਰ ਪਹਿਲਾਂ ਗਿਆ ਸੀ ਇੱਥੋਂ ਇੱਕ ਮਹੀਨਾ ਪਹਿਲਾਂ ਗਿਆ ਜੀ ਵੀਰ ਸਿੰਘ ਜੀ ਸਾਬਕਾ ਐਕਸ ਮੈਨ ਹਾਂਜੀ ਅਮਰਪ੍ਰੀਤ ਸਿੰਘ ਨਾਂ ਜੀ 12 ਪਿਛਲੇ ਮਹੀਨੇ ਬਾਹਰ ਗਿਆ ਸੀ ਉਹ ਗਿਆ ਜੀ ਸਰੀ ਕਨੇਡਾ ਸਰੀ ਮੌਤ ਉਹਦਾ ਅਟੈਕ ਦੱਸਦੇ ਜੀ ਹਜੇ ਤੱਕ ਤਾਂ ਸਾਨੂੰ ਪੂਰਾ ਪਤਾ ਨਹੀਂ ਹੁਣ ਕਹਿੰਦੇ ਮੂੰਹ 'ਚ ਖੂਨ ਆਇਆ ਸੀ ਉਹਦੇ ਅਤੇ ਘਰ ਵਾਲੀ ਉਹਦੀ ਕੰਮ 'ਤੇ ਗਈ ਜਦੋਂ ਰਿਹਾ ਕਿ ਬਾਅਦ ਕੇ ਫੋਨ ਕੀਤਾ ਵੀ ਮੈਨੂੰ ਬਾਹਰ ਖੋਲ ਵੋ ਬਾਹਰ ਨਹੀਂ ਖੋਲਿਆ ਉਹਨੇ ਅਤੇ ਫਿਰ ਉਹਨੇ ਨਾਲ ਇੱਕ ਦੋ ਮੁੰਡੇ ਹੋਰ ਨਾਲ ਦੇ ਸੀ ਕਮਰੇ 'ਚੋਂ ਲੈ ਕੇ ਅਤੇ ਉਹਨੇ ਫਿਰ ਬਾਹਰ ਸ਼ੀਸ਼ਾ ਭੰਨ ਭੁੰਨ ਕੇ ਅੰਦਰੋਂ ਬਾਹਰ ਖੋਲਿਆ ਅਤੇ ਫਿਰ ਉਹ ਬਾਹਰ ਕਬੱਡੀ ਖੇਡਦਾ ਸੀ ਕਬੱਡੀ ਖੇਡਦਾ ਉੱਥੇ ਵੀ ਕਬੱਡੀ ਉਹਨੇ ਉੱਥੇ ਨਹੀਂ ਖੇਡਿਆ ਅੱਜ ਲੱਗਣਾ ਸੀ ਕਬੱਡੀ ਖੇਡਣਾ ਅਤੇ ਗਿਆ ਸੀ ਮਹੀਨਾ ਕਿਉਂ ਜੀ ਬਾਹਰ ਗਈ ਸੀ ਵਿਆਹ ਕਰਾ ਕੇ ਗਿਆ ਸੀ ਪੱਕਾ ਪੀਆਰ ਤੇ ਜੀ ਇੱਕ ਮਹੀਨਾ ਪਹਿਲਾਂ ਗਿਆ ਜੀ ਤਕਰੀਬਨ ਇੱਕ ਮਹੀਨਾ ਤੋਂ 4-5 ਦਿਨ 12 ਨੂੰ ਗਿਆ ਜੀ ਉਹ ਨਹੀਂ ਹਜੇ ਤੱਕ ਕੁਛ ਨਹੀਂ ਪਤਾ ਲੱਗਿਆ ਸੀਗਾ ਸਾਰੇ ਉੱਤਰ ਵੀ ਬੁਰਾ ਹਾਲ ਆ ਰਾਤ ਸਾਨੂੰ 9:30 ਫੋਨ ਆਇਆ ਸੀ ਆਪਣੇ ਕੱਲ੍ਹ ਅਤੇ 9:30 ਸਾਨੂੰ ਉਹਨਾਂ ਨੇ ਕੋਈ ਨਹੀਂ ਦੱਸਿਆ ਇਹ ਦੱਸਿਆ ਉਹ ਬਿਮਾਰ ਹੋ ਗਿਆ ਸੀ ਐਂਬੂਲੈਂਸ ਪਾ ਕੇ ਉਹਨੂੰ ਹਸਪਤਾਲ ਲੈ ਕੇ ਜਾ ਰਹੇ ਆ ਅਤੇ ਬਸ ਫਿਰ ਤੜਕੋਂ ਇਹ ਮੇਰਾ ਛੋਟਾ ਭਰਾ ਇਹਨੂੰ ਫੋਨ ਆਇਆ ਮੇਰੀ ਭੈਣ ਦਾ ਵੀ ਉਹਦਾ ਪੂਰਾ ਹੋ ਗਿਆ ਫਿਰ ਇਹਨੇ ਸਾਨੂੰ ਆ ਕੇ ਦੱਸਿਆ ਸਰ ਗੱਲ ਮੇਰੀ ਹੋਈ ਸੀ 3-4 ਦਿਨ ਪਹਿਲਾਂ ਹੋਈ ਸੀ ਮੇਰੇ ਪਰ ਕਹਿੰਦਾ ਠੀਕ ਠਾਕ ਆ ਮੈਂ ਠੀਕ ਠਾਕ ਹਾਂ ਕਹਿੰਦਾ ਬਸ ਮੈਨੂੰ ਕੰਮ ਮਿਲਣ ਵਾਲਾ ਹੁਣ ਮੈਂ ਲੱਗ ਜੂ ਕੰਮ ਕੱਲ੍ਹ ਆਪਦੀ ਮੰਮੀ ਨਾਲ ਉਹਦੀ ਗੱਲ ਹੋਈ ਮੰਮੀ ਨੂੰ ਆਪਦੀ ਕਹਿੰਦਾ ਤੇਰਾ ਗੋਡਾ ਦੁਖਦਾ ਠੀਕ ਕਰਾ ਲਾ
ਤੇ ਕੋਈ ਨਹੀਂ ਮੈਨੂੰ ਕੱਲ ਤੋਂ ਮੈਂ ਕੰਮ ਤੇ ਜਾਣਾ। ਅਮਰੀ ਦੇ ਬੱਚੇ ਵੀ ਸੀ ਕੋਈ? ਨਹੀਂ ਜੀ ਬੱਚਾ ਨਹੀਂ ਸੀ। ਕਿਵੇਂ ਦੇਖਦੇ ਹੋ ਮਾਂ ਪਿਓ ਬੱਚੇ ਨੂੰ ਐਡਾ ਵੱਡਾ ਕਰਕੇ ਬਾਹਰ ਭੇਜ ਦੇਣੇ ਤੇ? ਉਹ ਨਹੀਂ, ਬਹੁਤ ਬੁਰਾ ਹਾਲਾ ਜੀ, ਬਹੁਤ ਜ਼ਿਆਦਾ ਬੁਰਾ ਹਾਲ। ਰੋ ਰੋ ਕੇ ਕੱਲ ਦਾ ਅੱਜ ਸਵੇਰ ਦਾ ਜਦੋਂ ਪਤਾ ਲੱਗਿਆ ਵੀ ਉਹਦੀ ਮੌਤ ਹੋ ਗਈ, ਬਹੁਤ ਸਾਰਾ ਪਿੰਡ ਆਇਆ। ਨਹੀਂ ਜੀ ਬਾਡੀ ਨੂੰ ਹਜੇ ਕੋਈ ਪੱਕੀ ਸਲਾਹ ਨਹੀਂ ਹੈ, ਸਾਨੂੰ ਕਹਿੰਦੇ ਵੀ ਤੁਸੀਂ ਵੀਜ਼ਾ ਲਵਾ ਕੇ ਤੁਸੀਂ ਉੱਧਰ ਆਓ, ਵੀ ਖੇਤੀ ਹੋ ਜਾਂਦੀ ਤਾਂ ਬਾਡੀ ਲਿਆਉਣ ਨੂੰ ਟਾਈਮ ਲੱਗ ਜਾਂਦਾ ਨਾ, ਵੱਧ ਟਾਈਮ ਲੱਗਦਾ। ਜਾਓਗੇ ਤੁਸੀਂ? ਅਸੀਂ ਜਾਵਾਂਗੇ। ABP ਸਾਂਝਾ, ਜੋਸ਼, ਜਜ਼ਬਾ, ਜਨੂੰਨ।